ਇਹ ਟੋਲ ਪਲਾਜ਼ਾ ਚੱਲਿਆ ਸੀ 7 ਸਾਲ ਦਾ ਐਗਰੀਮੈਂਟ ਸੀ 5/9/2015 ਨੂੰ ਇਹ ਟੋਲ ਪਲਾਜ਼ਾ ਚੱਲਿਆ ਸੀ ਤੇ ਅੱਜ 4/9 ਹੋ ਗਈ ਅੱਜ ਰਾਤ ਤੱਕ ਇਹ ਟੋਲ ਪਲਾਜ਼ੇ ਦੀ ਮਿਆਦ ਖਤਮ ਹੋ ਜਾਊਗੀ ਦੁੱਖ ਦੀ ਗੱਲ ਇਹ ਹੈ ਜਦੋਂ 2017 ਦੇ ਵਿੱਚ ਕਾਂਗਰਸ ਵੱਲੋਂ ਐਮਐਲਏ ਚੁਣਿਆ ਗਿਆ ਉਹਦਾ ਵੀ ਟੋਲ ਪਲਾਜ਼ੇ ਦੇ ਨਾਲ ਨਾਮ ਜੁੜਿਆ ਕਿ ਸ਼ਾਇਦ ਕੋਈ ਨਾ ਕੋਈ ਇਹੋ ਜਿਹੀ ਗੱਲ ਹੋਈ ਹੈ ਲੋਕਾਂ 'ਚ ਪਰਸੈਪਸ਼ਨ ਚਲੀ ਗਈ ਤਾਂ ਅੱਜ ਮੈਂ ਇਹ ਅਨਾਊਂਸ ਕਰਨ ਆਇਆ ਕਿ ਅੱਜ ਤੋਂ ਅੱਜ ਅੱਧੀ ਰਾਤ ਤੋਂ ਬਾਅਦ ਇਹ ਦੋਨੋਂ ਟੋਲ ਪਲਾਜ਼ੇ ਸੰਗਰੂਰ ਤੋਂ ਲੁਧਿਆਣੇ ਤੱਕ ਦੋ ਨੇ ਇੱਕ ਲਹਿਰਾ ਪਿੰਡ 'ਚ ਇੱਕ ਇੱਥੇ ਹੈ ਇਹ ਦੋਨੋਂ ਟੋਲ ਪਲਾਜ਼ੇ ਬੰਦ ਹੋ ਰਹੇ ਨੇ ਹਾਲਾਂਕਿ ਇਹਨਾਂ ਨੇ ਮੈਥੋਂ 20-20 ਮਹੀਨਿਆਂ ਦੀ ਐਕਸਟੈਂਸ਼ਨ ਮੰਗੀ ਸੀ ਕਿ ਕੋਵਿਡ ਕਰਕੇ ਜਾਂ ਕਿਸਾਨਾਂ ਦੇ ਅੰਦੋਲਨ ਕਰਕੇ ਸਾਡਾ ਨੁਕਸਾਨ ਹੋ ਗਿਆ ਪਰ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕੀ ਹੋਇਆ ਕਿ ਸੈਂਟਰ ਨੇ ਕੋਈ ਗਲਤ ਕਾਨੂੰਨ ਬਣਾਏ ਇੱਕ ਸਾਲ ਉੱਥੇ ਕਿਸਾਨ ਜਿਹੜੇ ਨੇ ਉਹ ਧੁੱਪ ਦੇ ਵਿੱਚ ਉਹ ਠੰਡ ਦੇ ਵਿੱਚ ਮੀਂਹਾਂ ਨੇ ਰਹੀਆਂ ਝੱਖੜਾਂ ਦੇ ਵਿੱਚ ਬੈਠੇ ਰਹੇ ਬਾਰਡਰਾਂ 'ਤੇ ਅਤੇ ਬਾਅਦ 'ਚ ਅਚਾਨਕ ਮਾਫ਼ੀ ਮੰਗ ਕੇ ਮੋਦੀ ਸਾਹਿਬ ਚਲੇ ਗਏ ਕਿ ਗਲਤ ਕਾਨੂੰਨ ਨੇ ਤਾਂ ਫਿਰ ਗਲਤ ਕਾਨੂੰਨਾਂ ਦਾ ਜਿਹੜਾ ਖਮਿਆਜ ਹੈ ਉਹ ਸਟੇਟ ਕਿਉਂ ਭੁਗਤੇ ਅਤੇ ਨੰਬਰ 2 'ਤੇ ਕਰੋਨਾ ਕਰੋਨਾ ਸਾਰਿਆਂ ਵਾਸਤੇ ਸੀ ਕਰੋਨਾ 'ਚ ਹਰ ਇੱਕ ਬੰਦੇ ਨੂੰ ਜਿਹੜਾ ਘਾਟਾ ਪਿਆ ਚਾਹੇ ਬੱਸ ਵਾਲਾ ਉਹਦੇ ਵਿੱਚ ਬਲਕਿ ਇਹਨਾਂ ਨੂੰ ਸਾਥ ਦੇਣਾ ਬਣਦਾ ਸੀਗਾ ਕਿ ਜਿਹੜਾ ਇਹੋ ਜਿਹੇ ਮੌਕੇ 'ਤੇ ਅਸੀਂ ਜਿਹੜਾ ਸਾਥ ਦੇਵਾਂਗੇ ਅਤੇ ਨਾਲ ਜਿਹੜੇ ਕਲੋਜ਼ ਨੇ ਕਲੋਜ਼ ਦੇ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਕਿ ਇਸ ਟੋਲ ਪਲਾਜ਼ੇ ਤੋਂ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਪਾਸ ਬਣਨਗੇ ਲੋਕਾਂ ਦੇ ਉਹਨਾਂ ਨੂੰ ਜਿਹੜਾ ਉਹ ਕੁਛ ਰੁਪਈਏ ਲੈ ਕੇ ਮਹੀਨੇ ਦਾ ਪਾਸ ਬਣੂਗਾ ਉਹ ਕਿੰਨੇ ਕੁ ਬਣਾਏ ਹੋਣਗੇ ਐਂਬੂਲੈਂਸਾਂ ਕਿੱਥੇ ਕਿੱਥੇ ਖੜੀਆਂ ਕੀਤੀਆਂ ਕਰੇਨਾਂ ਨਾਲ ਕਿੰਨੇ ਕੁ ਐਕਸੀਡੈਂਟਾਂ ਦੇ ਜਿਹੜੇ ਇਹ ਟਰੱਕ ਜਿਹੜੇ ਖੜ ਜਾਂਦੇ ਰਸਤੇ ਜਿਹੜੇ ਬਾਅਦ 'ਚ ਐਕਸੀਡੈਂਟ ਦੇ ਕਾਰਨ ਬਣਦੇ ਨੇ ਕਿੰਨੇ ਕੁ ਪਾਸੇ ਕੀਤੇ ਸੋ ਆਪਦੇ ਕਲੋਜ਼ ਤਾਂ ਪੂਰੇ ਨਹੀਂ ਕਰਦੇ ਸਰਕਾਰਾਂ ਵਾਲੇ ਪਾਸੇ ਪੈਸੇ ਵਾਲੇ ਪਾਸੇ ਆ ਜਾਂਦੇ ਨੇ ਸੋ ਇੱਦਾਂ ਨਹੀਂ ਚੱਲੂਗਾ ਲੋਕਾਂ ਦੀ ਸਰਕਾਰ ਹੈ ਸੋ ਅਸੀਂ ਇਹ ਫੈਸਲਾ ਜਿਹੜਾ ਕੀਤਾ ਕਿ ਦੋਨੋਂ ਟੋਲ ਪਲਾਜ਼ੇ ਬੰਦ ਕੀਤੇ ਆ ਹਾਂਜੀ ਦੇਖੋ ਕਾਲਜ ਬਣਾ ਰਹੇ ਹਾਂ ਇੰਡੀਆ ਦਾ ਦੇਸ਼ ਦਾ ਸਭ ਤੋਂ ਸ਼ਾਨਦਾਰ ਸਭ ਤੋਂ ਲੇਟੈਸਟ ਮਾਡਲ ਦਾ ਜਿਹਦੇ ਵਿੱਚ ਇਕਿਊਪਮੈਂਟ ਵੀ ਹੋਊਗਾ ਅਤੇ ਉਹ ਅਸੀਂ ਮਸਤੂਣ ਸਾਹਿਬ ਉੱਥੇ ਲੈ ਕੇ ਆ ਰਹੇ ਹਾਂ ਕੋਈ ਜ਼ਮੀਨ ਦਾ ਪੁਰਾਣਾ ਸੀਗਾ ਕੋਈ ਟਰੱਸਟ ਦਾ ਅਤੇ SGPC ਦਾ ਮੈਨੂੰ ਖੁਸ਼ੀ ਹੈ ਕਿ SGPC ਨੇ ਅਤੇ ਟਰੱਸਟ ਨੇ ਇਕੱਠਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਆਪਾਂ ਆਪਣੇ ਛੋਟੇ ਛੋਟੇ ਮੁਫਾਦ ਜਿਹੜੇ ਨੇ ਛੱਡ ਦਈਏ ਅਤੇ ਕਾਲਜ ਜਿਹੜਾ ਉਹ ਆਪਣੀ ਜਿਹੜੀ ਨਿਰਧਾਰਤ ਤਰੀਕ ਹੈ ਜਿਹੜੀ ਉਹਦੀ ਉਹ 'ਤੇ ਬਣ ਕੇ ਤਿਆਰ ਹੋਈ ਬਹੁਤ ਸਾਰੇ ਨੈਸ਼ਨਲ ਹਾਈਵੇ ਅਥਾਰਟੀ ਦੇ ਨੇ ਜਿਹੜੇ ਸਟੇਟ ਦੇ ਵੀ ਨੇ ਉਹਨਾਂ ਦੇ ਅਲੱਗ ਅਲੱਗ ਡੇਟ ਨੂੰ ਉਹਨਾਂ ਦੇ ਐਗਰੀਮੈਂਟ ਹੋਏ ਨੇ ਉਹਨਾਂ ਦੀ ਜਿਹੜੀ ਐਕਸਪਾਇਰੀ ਹੈ ਉਹ ਵੀ ਅਲੱਗ ਅਲੱਗ ਡੇਟ 'ਤੇ ਹੈ ਪਰ ਕੋਈ ਐਸੇ ਕਾਰਨ ਕਰਕੇ ਕਿ ਜੀ ਐਂ ਹੋ ਗਿਆ ਸੀ ਸਾਨੂੰ ਆਹ ਘਾਟਾ ਪੈ ਗਿਆ ਹੁਣ ਸਾਗਰ ਇਸ ਐਸੇ ਕਾਰਨ ਕਰਕੇ ਅਸੀਂ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਨਹੀਂ ਪੈਣ ਦੇਣਾ 60 ਕਿਲੋਮੀਟਰ ਵਾਲੀ ਸ਼ਰਤ ਜਿਹੜੀ ਸੈਂਟਰ ਨੇ ਰੱਖੀ ਹੈ ਉਹਦੇ ਤਹਿਤ ਔਰ ਦੂਜਾ ਕਿ ਜਿਹੜੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਨਿਯਮ ਪੂਰੇ ਨਹੀਂ ਕਰਦੇ ਉਹਨਾਂ ਸਾਰਿਆਂ ਨੂੰ ਰਿਵਿਊ ਕਰਵਾਉਣਾ ਸਾਡਾ ਸਾਰਿਆਂ 'ਤੇ ਸਾਡੀ ਨਜ਼ਰ ਹੈ ਸਾਰਿਆਂ 'ਤੇ ਸਾਡੀ ਨਜ਼ਰ ਹੈ ਜਦੋਂ ਦੀ ਸਰਕਾਰ ਬਣੀ ਅਸੀਂ ਚੈੱਕ ਕਰ ਰਹੇ ਹਾਂ ਕਿ ਐਂਬੂਲੈਂਸਿਸ ਚਾਹੀਦੀਆਂ ਨੇ 1 ਕਿਲੋਮੀਟਰ ਬਾਅਦ ਲਾਈਟਾਂ ਲਾਉਣੀਆਂ ਚਾਹੀਦੀਆਂ ਨੇ ਕਰੇਨ ਖੜੀ ਹੋਣੀ ਚਾਹੀਦੀ ਹੈ ਤਾਂ ਕਿ ਜੇ ਕੋਈ ਟਰੱਕ ਵਗੈਰਾ ਖਰਾਬ ਹੋ ਗਿਆ ਉਹਨੂੰ ਇਮੀਡੀਏਟਲੀ ਸੜਕ ਤੋਂ ਜਿਹੜਾ ਉਹ ਪਰੇ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਦੁਰਘਟਨਾ ਦਾ ਕਾਰਨ ਨਾ ਬਣੇ ਸੋ ਜਿੰਨੀਆਂ ਵੀ ਇਹਨਾਂ ਨੇ ਸ਼ਰਤਾਂ ਕਲੋਜ਼ ਦੇ ਵਿੱਚ ਮੰਨੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਪੈਣਗੀਆਂ ਸਰ ਵਿਜੇਂਦਰ ਸਿੰਗਲਾ ਦੀ ਵਿਜੀਲੈਂਸ ਜਾਂਚ ਵੀ ਕੱਲ ਬੁਲਾਏ ਗਏ ਨੇ ਕਿਸ ਤਰ੍ਹਾਂ ਹੈਜੀ ਵਿਜੇਂਦਰ ਸਿੰਗਲਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਕਾਨੂੰਨ ਆਪਣਾ ਕੰਮ ਕਰੂਗਾ ਜਿਨ੍ਹਾਂ ਨੇ ਵੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਿਨ੍ਹਾਂ ਨੇ ਵੀ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਉਹਨੂੰ ਉਹਦੇ ਨਾਲ ਠੱਗੀ ਮਾਰੀ ਹੈ ਤੋ ਉਹਦੇ 'ਚ ਅਸੀਂ ਕੋਈ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਕਰ ਰਹੇ ਕਿ ਆਹ ਵੱਡਾ ਸੀ ਆਹ ਛੋਟਾ ਹੈ ਜਾਂ ਇਹਦਾ ਆਹ ਪ੍ਰਭਾਵ ਹੈ ਜਾਂ ਕੋਈ ਕਾਨੂੰਨ ਜਿਹੜਾ ਉਹ ਸਾਰਿਆਂ ਲਈ ਇੱਕੋ ਹੀ ਹੈ ਮਾਨ ਸਾਹਿਬ ਸੜਕਾਂ ਦਾ ਕੰਮ ਠੱਪ ਪਿਆ ਕਾਫੀ ਲੰਬੇ ਸਮੇਂ ਤੋਂ ਕਿੰਨੇ ਟਾਈਮ ਤੱਕ ਚੱਲੂਗਾ ਕਿਸਾਨਾਂ ਦੇ ਖਿਲਾਫ ਹੋਰ ਵੀ ਹਲੇ ਨਾਮ ਚਰਚਾ ਦੇ ਵਿੱਚ ਨੇ ਹੈਂਜੀ ਜਿਹੜੇ ਸਾਬਕਾ ਮੰਤਰੀ ਨੇ ਕਈਆਂ ਤੇ ਕਾਰਵਾਈ ਹੋ ਗਈ ਆ ਕਈ ਹੋਰ ਵੀ ਹਜੇ ਤੁਹਾਡੀ ਲਿਸਟ ਦੇ ਵਿੱਚ ਨੇ ਨਹੀਂ ਦੇਖੋ ਜਿਉਂ-ਜਿਉਂ ਸਾਡੇ ਕੋਲੇ ਸਬੂਤ ਆਈ ਜਾਂਦੇ ਨੇ ਜਿਉਂ-ਜਿਉਂ ਸਾਡੇ ਕੋਲੇ ਸ਼ਿਕਾਇਤਾਂ ਆਈ ਜਾਂਦੀਆਂ ਨੇ ਅਸੀਂ ਉਹਨਾਂ ਨੂੰ ਬੜਾ ਬਾਜ਼ ਅੱਖ ਰੱਖ ਕੇ ਅੰਦਰੋਂ ਘੋਖਦੇ ਹਾਂ ਕਈ ਵਾਰੀ ਹੋ ਸਕਦਾ ਕੋਈ ਕਿਸੇ ਨਾਲ ਖੇਡ ਕੱਢਣ ਦਾ ਮਾਰਾ ਨਾ ਸ਼ਿਕਾਇਤ ਕਰ ਦਿੰਦਾ ਹੋਵੇ ਕੋਈ ਕਿਸੇ ਦੀ ਕੋਈ ਦੁਸ਼ਮਣੀ ਹੋਵੇ ਪੁਰਾਣੀ ਉਹਨਾਂ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਹਾਂ ਵਾਕਈ ਇਹ ਘਪਲਾ ਹੋਇਆ ਜਿਹਦੇ 'ਚ ਪੰਜਾਬ ਦਾ ਪੈਸਾ ਇਨਵੋਲਵ ਹੈ ਜਿਹਦੇ 'ਚ ਜਿਹਦੇ ਵਿੱਚ ਲੋਕਾਂ ਦੀ ਮਨੀ ਇਨਵੋਲਵ ਹੈ ਤਾਂ ਅਸੀਂ ਉਹਨੂੰ ਅੱਗੇ ਪਰਸੂ ਕਰਦੇ ਹਾਂ ਅਤੇ ਉਹ ਵਿਜੀਲੈਂਸ ਦਾ ਕੰਮ ਹੈ ਅੱਗੇ ਵਕੀਲਾਂ ਦਾ ਕੰਮ ਹੈ ਅੱਗੇ ਹਾਮਾਣਯੋਗ ਜਿਹੜੀਆਂ ਸੈਸ਼ਨ ਕੋਰਟਸ ਅਤੇ ਹਾਈ ਕੋਰਟ ਦਾ ਕੰਮ ਹੈ ਕਿ ਉਹਨਾਂ ਨੂੰ ਜ਼ਮਾਨਤ ਦਿੰਦੀ ਹੈ ਜਾਂ ਨਹੀਂ ਦਿੰਦੀ
चाहे कोई मौजूदा चाहे साबका जी सारे ही जिहड़े ने वो कानून मुताबक कोई साबका जां कोई मौजूदा नहीं हुंदा जिन्हें भी कोई कुछ किया इनकुआरी का सामना करना पड़ेगा। सड़कों का काम बहुत ज़्यादा चलूगा जी, तुसी देखोगे कि आने वाले दिनों असी बहुत सारिया सड़क जिहड़ियां पिंडां दीआं ने उन्होंने 18-18 फुटियां कर रहे हैं और रूरल डिवेलपमेंट फंड जिहड़ा सी रुकिया पिया सी 1760 करोड़ रुपये इस करके रुके पे सी कि वो पहलां वाले फंड नूं कितें होर मिसयूज कर गए सीगे पहलां वाली सरकारां। असी वो जिहड़ा एक्ट दे विच सोध करके कह के हाँ रूरल डिवेलपमेंट का जिहड़ा फंड है वो मंडी बोर्ड का पैसा है तो वह सिर्फ पिंडां दीआं सड़कां ते ही लाया जाऊगा। वो असी जदों उन्हां कोल गए केंद्र सरकार कोल तां माननयोग मंत्री पीयूष गोयल जी ने वो जिहड़ियां सड़कां जिहड़ा पैसा साडा वो जारी करता तो सड़कां दी लगू। आटा दाल स्कीम कदों चालू हो रही है जिन्हां ने नजायज बनाए हुए? आटा दाल स्कीम भी बड़ी जल्दी चल रही है तो बुढ़ापा पेंशन का भी डोर टू डोर जिहड़ा वो स्कीम आ रही है तो बाकी बिजली के बिलों वाला जिहड़ा बिल आने लग गए ने पर हजे 31 अगस्त तक के जनरेट नहीं हुए तो उन्होंने 31 अगस्त तक के बिल जो जनरेट हो गए असीं तुहानूं सारे बिल लिया के तुहाडे सामने धरांगे तो उन्होंने भी पुछांगे जिहड़े कहिंदे सी हो नहीं सकदा काम असीं साढ़े हजे 6 महीने भी नहीं हुए असी 5.5 महीने के ही वो काम करके दिखाता जे नीयत साफ हो सब कुछ हो सकता।